ਧਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। 29 ਸਤੰਬਰ ਦਿਨ ਬੁੱਧਵਾਰ ਨੂੰ ਲੁਧਿਆਣਾ ਦੇ ਡ੍ਰੀਮਲੈਂਡ ਕਲੋਨੀ ਵਿਖੇ ਸੱਚਖੰਡ ਲੱਖ ਦਾਦਾ ਦਰਬਾਰ ਵਿਖੇ ਅੰਤਰਰਾਸ਼ਟਰੀ ਸੰਤ ਸਮਾਜ ਦੀ ਇੱਕ ਅਹਿਮ ਮੀਟਿੰਗ ਮੁੱਖ ਸੰਚਾਲਕ ਦਾਸ ਲਾਡੀ ਚੌਹਾਨ ਜੀ ਦੀ ਰਹਿਨੁਮਾਈ ਹੇਠ ਰੱਖੀ ਗਈ। ਇਸ ਦੌਰਾਨ ਪ੍ਰੋਫੈਸਰ ਸੁਖਵਿੰਦਰ ਸਾਗਰ ਜੀ ਅਤੇ ਦਾਸ ਲਾਡੀ ਚੌਹਾਨ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਦੇ ਨਾਲ ਸਾਈਂ ਪਾਲੀ ਸ਼ਾਹ ਜੀ, ਸਾਈਂ ਓਕਾਰ ਸ਼ਾਹ ਜੀ, ਸਾਈਂ ਬਲਵਿੰਦਰ ਬੱਬੂ ਜੀ, ਦੇਵਾ ਮਾਹੀ ਜੀ, ਦੇਵਾ ਸੁਖਵਿੰਦਰ ਕੌਰ ਜੀ, ਬੀਬੀ ਬਲਵੀਰ ਕੌਰ ਕਾਦਰੀ ਜੀ, ਬੀਬੀ ਬਲਜੀਤ ਕੌਰ ਬਬਲੀ ਜੀ, ਸੁਰਿੰਦਰ ਭਾਮੀਆਂ ਜੀ ਅਤੇ ਪ੍ਰਭਜੋਤ ਸਿੰਘ ਨੇ ਵੀ ਇਸ ਮੀਟਿੰਗ ਵਿੱਚ ਹਾਜ਼ਰੀ ਭਰੀ। ਦਰਬਾਰ ਦੇ ਮੌਜੂਦਾ ਗਤੀਨਿਸ਼ੀਨ ਬਾਬਾ ਮੀਨਾ ਸ਼ਾਹ ਜੀ ਵੱਲੋਂ ਪਹੁੰਚੇ ਹੋਏ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਅਤੇ ਪ੍ਰੋਫੈਸਰ ਸੁਖਵਿੰਦਰ ਸਾਗਰ ਜੀ ਨੇ ਅੰਤਰਰਾਸ਼ਟਰੀ ਸੰਤ ਸਮਾਜ ਦੇ ਕੀਤੇ ਹੋਏ ਕੰਮਾਂ ਬਾਰੇ ਇਸ ਮੀਟਿੰਗ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ਸਾਈਂ ਸਨੇਤ ਵਾਲੀ ਦਰਬਾਰ ਦੇ ਮੌਜੂਦਾ ਗਤੀਨਿਸ਼ੀਨ ਸਾਈਂ ਬਿੱਟੂ ਜੀ ਅਤੇ ਉਹਨਾਂ ਦੇ ਨਾਲ ਸਾਈਂ ਸੁਨੀਲ ਭੱਟੀ ਜੀ ਵੀ ਵਿਸ਼ੇਸ਼ ਤੌਰ 'ਤੇ ਇਸ ਮੀਟਿੰਗ ਵਿੱਚ ਪਹੁੰਚੇ। ਇਸ ਮੀਟਿੰਗ ਵਿੱਚ ਪਹੁੰਚੇ ਹੋਏ ਸਾਰੇ ਦਰਬਾਰੀ ਸੰਤਾਂ ਮਹਾਂਪੁਰਸ਼ਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦਾਸ ਲਾਡੀ ਚੌਹਾਨ ਜੀ ਦੀ ਰਹਿਨੁਮਾਈ ਹੇਠ ਦਰਬਾਰ ਦੇ ਮੌਜੂਦਾ ਗਤੀਨਿਸ਼ੀਨ ਬਾਬਾ ਮੀਨਾ ਸ਼ਾਹ ਜੀ, ਸਾਈਂ ਬਿੱਟੂ ਜੀ, ਸਾਈਂ ਸੁਨੀਲ ਭੱਟੀ ਜੀ, ਬੀਬੀ ਬਲਜੀਤ ਕੌਰ ਬਬਲੀ ਜੀ, ਸੁਰਿੰਦਰ ਭਾਮੀਆਂ ਜੀ, ਵਿਕਾਸ ਪੰਡਿਤ ਜੀ, ਅਰਸ਼ਮਨੀ ਪੰਡਿਤ ਜੀ, ਰੋਹਿਤ ਸ਼ਰਮਾ ਭੁੱਟੋ ਜੀ, ਟੀਟੂ ਜੀ ਅਤੇ ਸਾਗਰ ਨੂੰ ਅੰਤਰਰਾਸ਼ਟਰੀ ਸੰਤ ਸਮਾਜ ਵਿੱਚ ਸ਼ਾਮਲ ਕੀਤਾ ਗਿਆ ਅਤੇ ਸਾਰੇ ਹੀ ਨਵਨਿਯੁਕਤ ਸੰਤਾਂ ਮਹਾਂਪੁਰਸ਼ਾਂ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਸੰਤ ਸਮਾਜ ਵੱਲੋਂ ਲਗਾਈ ਗਈ ਹਰ ਇੱਕ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਅਨੇਕਾਂ ਹੀ ਸੰਗਤਾਂ ਮੌਜੂਦ ਸਨ। ਅੰਤਰਰਾਸ਼ਟਰੀ ਸੰਤ ਸਮਾਜ ਸੇਵਾ ਵਿੱਚ ਅਸੀਂ ਸਭ ਭੈਣ ਭਾਈ ਲਾ ਲਓ ਫੱਕਰ ਫਕੀਰ ਸਭ ਇਸ ਸੰਤ ਸਮਾਜ ਵਿੱਚ ਜੁੜੇ ਹਾਂ। ਇਹਦੇ ਵਿੱਚ ਸਭ ਨੇ ਆਪਣੀ ਰਾਇ ਦੇਣੀ ਹੈ ਅਤੇ ਰਾਇ ਦੇ ਕੇ ਇੱਕ ਹੋ ਕੇ ਇਸ ਸੰਤ ਸਮਾਜ ਇਸ ਕਰਕੇ ਸਭ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਸੰਤ ਸਮਾਜ ਵਾਲੀ ਜਿਹੜੀ ਮੀਟਿੰਗ ਹੈ ਇਹਨੂੰ ਅਟੈਂਡ ਵੀ ਕਰਨਾ ਅਤੇ ਇਹਦੇ ਵਿੱਚ ਆਉਣਾ ਵੀ ਜ਼ਰੂਰ ਹੈ ਅਤੇ ਆਪਣੀ ਰਾਇ ਵੀ ਦੇਣੀ ਹੈ ਅਤੇ ਸਭ ਨੇ ਇਹ ਸੋਚਣਾ ਵੀ ਅਸੀਂ ਇਸ ਮੁੱਦੇ ਨੂੰ ਵੱਧ ਤੋਂ ਵੱਧ ਦੁਨੀਆ ਦੇ ਵਿੱਚ ਇਸ ਸੰਤ ਸਮਾਜ ਨੂੰ ਅੱਗੇ ਲੈ ਕੇ ਜਾਣਾ ਤਾਂ ਦੱਸਣਾ ਦੁਨੀਆ ਨੂੰ ਵੀ ਅਸੀਂ ਕੀ ਕਹੀਦਾ, ਕਿਹੜੇ ਸੰਤ ਸਮਾਜ ਆ ਜਿਹੜੀ ਪੋਲੀਟੀਸ਼ੀਅਨ ਨਹੀਂ ਕੰਮ ਕਰ ਸਕਦੀ ਉਹ ਸੰਤ ਸਮਾਜ ਕੰਮ ਕਰਕੇ ਦਿਖਾਊਗਾ। ਇਸ ਦੇ ਨਾਲ ਹੀ ਮੈਂ ਇਹ ਕਹਿੰਦੀ ਹਾਂ ਜਿੰਨੇ ਮੇਰੇ ਭੈਣ ਭਾਈ ਇਹਦੇ ਵਿੱਚ ਵੱਧ ਤੋਂ ਵੱਧ ਜੁੜ ਸਕਦੇ ਆ ਸਭ ਜੁੜਨ, ਇਹਦੇ ਵਿੱਚ ਸਭ ਇੱਕ ਹੋ ਕੇ ਚੱਲਣਗੇ, ਇੱਕ ਪਰਿਵਾਰ ਹੋਊਗਾ। ਅਸੀਂ ਇਸ ਦਰਬਾਰ ਸ੍ਰੀ ਸੱਚਖੰਡ ਤੋਂ, ਮੈਂ ਮੀਨਾ ਸ਼ਾਹ ਬਾਬਾ ਜੀ, ਵੈਸੇ ਮੈਂ ਬਾਬਾ ਨਹੀਂ ਹੈ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਦਾਸ ਵੀ ਨਹੀਂ ਅਜੇ ਤਰੀਕੇ ਨਾਲ ਬਣ ਸਕੀ, ਬਾਬਾ ਕਹਿਣਾ ਬਹੁਤ ਔਖੀ ਗੱਲ ਹੈ, ਪਰ ਇਹ ਸਰਕਾਰਾਂ ਨੇ ਸਾਨੂੰ ਨਾਮ ਦੇ ਦਿੱਤਾ, ਇਸ ਕਰਕੇ ਸਾਨੂੰ ਕਹਿਣਾ ਪੈਂਦਾ। ਬਾਕੀ ਅੱਜ ਮੇਰੀਆਂ ਭੈਣਾਂ ਵੀ ਇਸ ਵਿੱਚ ਜੁੜੀਆਂ, ਅੱਜ ਘੱਟ ਤੋਂ ਘੱਟ 10 ਸਮਾਜ ਸੇਵਕ ਇਹਦੇ ਵਿੱਚ ਨਾਲ ਜੁੜੇ ਆ ਜਿਹੜੇ ਦਰਬਾਰ ਦੇ ਵੱਲੋਂ ਅੱਜ ਹੀ ਇੱਥੇ ਹੀ ਉਹਨਾਂ ਦੀ ਹੋਈ ਆ ਐਂਟਰੀ, 10 ਜਾਣੇ ਅਸੀਂ ਨਵੇਂ ਜੁੜੇ ਹਾਂ। ਇਸ ਜਿਹੜੀ ਕੀ ਕਹੀਦਾ ਆਪਣੀ ਸੰਤ ਸਮਾਜ ਆ ਅੰਤਰਰਾਸ਼ਟਰੀ ਆ, ਇਹਨੂੰ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਸਦਾ ਹੀ ਇਹਨਾਂ ਦੇ ਮੈਂ ਨਾਲ ਰਹੂੰਗੀ ਅਤੇ ਰਹਿ ਇਹਨਾਂ ਦੇ ਨਾਲ ਇੱਕ ਹੋ ਕੇ ਚੱਲਾਂਗੇ, ਜਿਹੜਾ ਕੋਈ ਕਿਸੇ ਨੂੰ ਕਿੰਤੂ ਪਰੰਤੂ ਗੱਲ ਕਹਿਣ ਦੀ ਲੋੜ ਨਹੀਂ ਪਊਗੀ, ਸਭ ਦੀ ਸੁਣਵਾਈ ਹੋਊਗੀ। ਇਹੀ ਮੇਰਾ ਇਹਨਾਂ ਨੂੰ ਸਾਰਿਆਂ ਨੂੰ ਸੰਦੇਸ਼ ਹੈ ਅਤੇ ਦਰਬਾਰ ਵੱਲੋਂ ਸਾਰੇ ਸੰਤ ਸਮਾਜ ਨੂੰ ਲੱਖ ਲੱਖ ਵਧਾਈਆਂ ਜੀ। ਜੈਕਾਰਾ ਗੌਸਪਕ ਸੱਚੀ ਸਰਕਾਰ ਦਾ ਬੋਰ ਸੱਚੇ ਦਰਬਾਰ ਕੀ ਹੀ ਜੈ। ਸੋ ਮੈਂ ਸਾਰੇ ਹੀ ਜਿੰਨੇ ਵੀ ਸਾਈਂ ਲੋਕ ਫਕੀਰ ਇਸ ਦਰਬਾਰ 'ਤੇ ਸਾਡੇ ਬਾਬਾ ਜੀ ਮੀਨਾ ਜੀ ਜਿਨ੍ਹਾਂ ਦੀ ਬਦੌਲਤ ਸਾਡੇ ਲਾਡੀ ਚੌਹਾਨ ਜੀ ਇਹਨਾਂ ਦੇ ਦਰਸ਼ਨ ਹੋਏ, ਸੋ ਸਾਡੇ ਜਿੱਥੋਂ ਦੂਰੋਂ ਦੂਰੋਂ ਚੱਲ ਕੇ ਸਾਡੇ ਸਾਈਂ ਪ੍ਰੋਫੈਸਰ ਸਾਹਿਬ, ਸਾਡੇ ਸਾਈਂ ਬਿੱਟੂ ਜੀ, ਪੱਟੀ ਸਾਈਂ ਜੀ, ਸਾਡੇ ਪਾਲੀ ਸਾਈਂ ਜੀ ਸਾਰੇ ਪਹੁੰਚੇ ਆ, ਸਾਡੇ ਮਹਿਰਾ ਸਾਹਿਬ ਜਿੰਨੇ ਵੀ ਪਹੁੰਚੇ ਆ, ਮੈਂ ਤੁਹਾਡੀ ਆਪਣੀ ਬਲਜੀਤ ਮਹਿਰਾ ਜੋ ਕਿ ਬਾਬਾ ਬੜਪਾਕ ਸਿੰਘ ਦਰਬਾਰ ਰਾਹੋਂ ਰੋਡ ਜਗੀਰਪੁਰ ਰੋਡ ਭੋਡਾ ਕਲੋਨੀ ਤੋਂ ਸਾਰੇ ਹੀ ਸੰਤ ਮਹਾਂਪੁਰਸ਼ਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਇਸ ਜਿਹੜੀ ਕਿ ਕਮੇਟੀ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ, ਮੈਂ ਸ਼ੁਕਰ ਗੁਜ਼ਾਰਿਆ। ਮੈਂ ਆਪਣੇ ਤਹਿ ਦਿਲ ਤੋਂ ਕਹਿੰਦੀ ਹਾਂ ਕਿ ਮੈਂ ਇਹਨਾਂ ਦਾ ਪੂਰਾ ਤਨ ਮਨ ਤੋਂ ਸਾਥ ਦਊਂਗੀ, ਚਾਹੇ ਅੱਧੀ ਰਾਤ ਹੋਵੇ, ਦਿਨੇ ਜਿੱਥੇ ਦੁੱਖ ਸੁੱਖ 'ਚ ਹਰ ਕਿਸੇ ਦੇ ਨਾਲ ਖੜੂੰਗੀ। ਜੈਕਾਰਾ ਸੋਡੀ ਪਾਤਸ਼ਾਹ ਜੀ ਦਾ। ਇੰਟਰਨੈਸ਼ਨਲ ਸੰਤ ਸਮਾਜ ਜਿਹੜੀ ਫਕੀਰ ਸਭਾ ਇਹਦਾ ਆਗਾਜ਼ ਹੋਇਆ, ਬਹੁਤ ਅੱਛਾ, ਬਹੁਤ ਵਧੀਆ। ਇਹ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ, ਪਰ ਦੇਰ ਨਾਲ ਹੋਇਆ, ਬਹੁਤ ਵਧੀਆ। ਔਰ ਮੈਂ ਇਹਨਾਂ ਦੇ ਨਾਲ ਹਾਂ, ਹਜ਼ਰਤ ਪੀ ਬਾਬਾ ਸਨੇਸ਼ਿਆ ਵਾਲੀ ਇਲਾਹੀ ਦਰਬਾਰ, ਮੈਂ ਸਾਰੇ ਸੰਤ ਫਕੀਰਾਂ ਦਾ ਇੱਥੇ ਸੱਚਖੰਡ ਦਰਬਾਰ ਮੀਨਾ ਭੈਣ ਜੀ ਕੋਲ ਆਏ ਨੇ, ਸਾਰਿਆਂ ਦਾ ਸਵਾਗਤ ਕਰਦਾ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਬਖਸ਼ੇ, ਬਸ ਇਹਦੇ ਸਮਾਜ ਦੀ ਸੇਵਾ ਕਰਦੇ ਰਹੋ। ਜੈ ਬਾਬੇ ਦੀ। ਅੰਤਰਰਾਸ਼ਟਰੀ ਸੰਤ ਸਮਾਜ 'ਚ ਜਿੰਨੀਆਂ ਵੀ ਮੇਰੀਆਂ ਭੈਣਾਂ ਫਕੀਰ ਭਰਾ ਵੱਖ ਵੱਖ ਗੱਦੀਆਂ ਤੋਂ ਅੱਜ ਦੀ ਇਸ ਮੀਟਿੰਗ 'ਚ
शामिल होए है। मैं अपने वालों तो समूह अंतरराष्ट्रीय संत समाज वालों उन्होंने निघी जी कहता होया धन्यवाद करता हाँ और उन्होंने आश्वासन दवाना हाँ कि जदों कदे भी उन्होंने रात दिन साड़ी जरूरत पेगी असी उन्होंने चरणों च उस वक्त हाजिर रहेंगे। ज़्यादा ना कहता होया उन्होंने एक बार फिर मैं लख लख शुभकामनावां दिंदा होया उन्हों का तह दिलों शुक्रगुजार हाँ। जयकारा पीरां दा बोल साचे दरबार की।